ਲੋਕ ਸਭਾ ਨੇ ਬੀਤੀ ਸ਼ਾਮ ਹੰਗਾਮੇ ਦੇ ਵਿਚਾਲੇ مالی ਬਰੇ 2023 ਚਾਵੀ ਲਈ ਤਕਰੀਬਨ 45 ਲੱਖ ਕਰੋੜ ਰੁਪਏ ਦੇ ਖਰਚ ਨੂੰ ਅਧਿਕਾਰ ਦੇਣ ਵਾਲੀਆਂ ਅਨੁਦਾਨ ਮੰਗਾਂ ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ। ਸ਼ਾਮ 6 ਵਜੇ ਸਦਨ ਦੇ ਕਾਰਵਾਈ ਮੁੜ ਸ਼ੁਰੂ ਹੋਣ ਤੇ ਸਪੀਕਰ ਓਮ ਬੇਲਾ ਨੇ ਬਿਨਾਂ ਚਰਚਾ ਦੇ ਇਸ ਨੂੰ ਪਾਸ ਕਰਨ ਲਈ ਬੇਨਤੀ ਕੀਤੀ ਜਿਸ ਮਕਰੋ ਬਕਾਇਆ ਅਨੁਦਾਨ ਮੰਗਾਂ ਨੂੰ ਪਾਸ ਕਰ ਦਿੱਤਾ ਗਿਆ। ਸਦਨ ਵੱਲੋਂ ਅਨੁਦਾਨ ਅਤੇ ਸਮਾਯੋਜਨ ਬਿਲ 2023 ਦੀ ਮੰਗ ਪਾਸ ਹੋਣ ਨਾਲ ਸਰਕਾਰ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ مالی ਬਰੇ ਵਾਸਤੇ ਇੱਕਿਕ੍ਰਿਤ ਫੰਡ ਵਿੱਚੋਂ ਰਕਮ ਕਢਾਉਣ ਦੇ ਨਾਲ-ਨਾਲ ਪ੍ਰੋਗਰਾਮਾਂ ਦੀ ਯੋਜਨਾ ਆਵ ਨੂੰ ਅਮਲ ਵਿੱਚ ਲਿਆਉਣ ਵਾਸਤੇ ਅਧਿਕਾਰ ਦਿੱਤਾ ਗਿਆ ਹੈ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ مالیਵਰੇ 2023-24 ਦੇ ਇਕਿਕ੍ਰਿਤ ਫੰਡ ਲਈ ਸਮਾਯੋਜਨ ਬਿੱਲ ਪੇਸ਼ ਕੀਤਾ ਬੈਲ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਦੇ ਕਟੌਤੀ ਤਜਵੀਜ਼ਾਂ ਨੂੰ ਖਾਰਜ ਕਰਨ ਮਗਰੋਂ ਜ਼ੁਬਾਨੀ ਵੋਟਾਂ ਰਾਹੀਂ ਪਾਸ ਕੀਤਾ ਗਿਆ ਇਸ ਮਗਰੋਂ ਸਦਨ ਦੀ ਕਾਰਵਾਈ ਅੱਜ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਇਸ ਦੌਰਾਨ ਸੰਸਦ ਦੇ ਦੋਹਾਂ ਸਦਨਾਂ ਵਿੱਚ ਅੜਿੱਕਾ ਅਜੇ ਬਣਿਆ ਹੋਇਆ ਹੈ ਲੋਕਤੰਤਰ ਉੱਪਰ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਸੱਤਾਧਾਰੀ ਧਿਰ ਉਨ੍ਹਾਂ ਤੋਂ ਮਾਫੀ ਦੀ ਮੰਗ ਕਰ ਰਹੀ ਹੈ ਜਦਕਿ ਵਿਰੋਧੀ ਧਿਰ ਅਡਾਨੀ ਸਮੂਹ ਦੀ ਜਾਂਚ ਵਾਸਤੇ ਸਾਂਝੀ ਪਾਰਲੀਮੈਂਟਰੀ ਕਮੇਟੀ ਦੇ ਗਠਨ ਦੇ ਮੁੱਦੇ ਤੇ ਅੜਿਆ ਹੋਇਆ ਹੈ